Kasihan di Gus Billy. Kemimpinan Hasnet. चलिए जी, मैं आपको बता दूं कि ये टॉप फाइव कुश्तियाँ जो हैं वो हम आपको दिखाएंगे, जहां पर 10 पहलवान जो हैं वो जोर आजमाइश करेंगे। चांद पहलवान और युद्धवीर के बीच जो है वो कड़ा मुकाबला देखने को मिलेगा। 10,000 रुपये की ये कुश्ती रहेगी। चांद और युद्धवीर के बीच जो है वो कड़ा मुकाबला रहेगा। चांद पहलवान जबरदस्त मुकाबला जो है वो रहने वाला है, तो आप लोग जो है वो जबरदस्त मुकाबला देखने को मिल रहा है युद्धवीर और चांद हरियाणा के बीच में। आप देख रहे हैं लाइव तस्वीरों के माध्यम से। 10,000 रुपए की ये कुश्ती है और 6,000 रुपया दिया जाएगा जीतने वालों को, 4,000 रुपया दिया जाएगा हारने वालों को। ये ऊपर में है जो ये इसका नाम चांद है और ये हरियाणा के बेहतरीन है। Oh!
ਜਾਣ ਦਿਓ। ਜ਼ਬਰਦਸਤ ਕੁਸ਼ਤੀ ਦੇਖਣ ਕੋ ਮਿਲ ਰਹੀ ਹੈ। ਮੈਂ ਆਪਕੋ ਬਤਾ ਦੂੰ ਕਿ ਦੋਨੋਂ ਹੀ ਬਿਹਤਰੀਨ ਕੁਸ਼ਤੀਆਂ ਕਰਤੇ ਹੈ, ਚਾਂਦ ਹਰਿਆਣਾ ਔਰ ਯੁੱਧਵੀਰ ਕੇ ਬੀਚ ਕੜਾ ਮੁਕਾਬਲਾ ਹੋ ਰਹਾ ਹੈ। 10,000 ਰੁਪਏ ਕੀ ਇਹ ਕੁਸ਼ਤੀ ਹੈ ਔਰ ਲਹਿਰ ਖੇਤਰ ਮੇਂ ਇਹ ਕੁਸ਼ਤੀ ਚੱਲ ਰਹੀ ਹੈ। ਲਾਲ ਲੰਗੋੜ ਮੇ ਹੈ, ਇਹ ਹੈ ਚਾਂਦ ਪਹਿਲਵਾਨ ਔਰ ਦੂਸਰੇ ਹੈ ਯੁੱਧਵੀਰ। 10,000 ਰੁਪਏ ਕੀ ਕੁਸ਼ਤੀ ਔਰ ਬਿਹਤਰੀਨ ਦੋਨੋਂ ਹੀ ਪਲੇਅਰ ਹੈ, ਯਾਨੀ ਕਿ ਦੋਨੋਂ ਪਲੇਅਰ ਜੋ ਹੈ ਵੋ ਨਾਮੀ ਪਲੇਅਰ ਹੈ, ਬੜਾ ਨਾਮ ਹੈ ਇਨ ਦੋਨੋਂ ਕਾ, ਚਾਂਦ ਔਰ ਯੁੱਧਵੀਰ। ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼। ਜ਼ਬਰਦਸਤ
यार। ਜਬਰਦਸਤ ਕੁਸ਼ਤੀ ਆ, ਬਾਰਾਂ ਜ਼ਿਆਦਾ ਕਰਾਊਡ ਹੈ ਆਜ, ਔਰ ਕਾਫੀ ਜ਼ਿਆਦਾ ਲੁਤਫ ਜੋ ਹੈ ਉਹ ਲੋਕ ਉਠਾ ਰਹੇ ਹੈ। ਜ਼ਬਰਦਸਤ ਦੰਗਲ ਜੋ ਹੈ ਉਹ ਹੁਣ ਦੇਖਣ ਕੋ ਮਿਲ ਰਿਹਾ ਹੈ ਯੁੱਧਵੀਰ ਔਰ ਚਾਂਦ ਹਰਿਆਣਾ ਤੋਂ ਜੀ। ਪ੍ਰਕਾਸ਼ ਸਿੰਘ ਜੀ ਸਰਪੰਚ ਮਾੜੀ ਨਾਲ ਹੈ ਔਰ ਰਤਨ ਕੰਡਕਟਰ ਜੀ ਆਸ਼ੀਰਵਾਦ ਦੇਣਗੇ ਇਸ ਕੁਸ਼ਤੀ ਨੂੰ। ਚੁੰਨੀ ਬਾਗਿਆਂ ਦਾ ਆਸ਼ੀਰਵਾਦ ਦਿੱਤਾ ਜਾ ਰਿਹਾ ਹੈ ਹੈਪੀ ਔਰ ਯੁਵਰਾਜ ਨੂੰ। ਅੱਜ ਦੇ ਸਿੰਘ ਵੇਲੇ ਬੋਲਣ ਵਾਲੀ ਹੈ ਯੁੱਧਵੀਰ ਪਹਿਲਵਾਨ ਕ੍ਰਿਸ਼ਨ ਪਹਿਲਵਾਨ। ਪਹਿਲਵਾਨ ਦੀ ਤਿਆਰੀ ਕਰ ਲਓ ਯੁੱਧਵੀਰ ਔਰ ਕ੍ਰਿਸ਼ਨ। ਕਾਣਾ ਦੇ ਸਰਪੰਚ
उसके साथ साथ मैं आपको बता दूं कि ये दूसरी कुश्ती भी दूसरा नंबर की शुरू हो गई है, युवराज और ये उनके दूसरे साथी। लगा लगा थक गया, हो जाएगा काम जल्दी जरा। ਕੀ ਚੱਲ ਰਿਹਾ ਹੈ?
लगाओ लगाओ जोर जोर से। बराबर हो जाने लगा उनके बराबर हो जाने दोनों पर तगड़े शाबाश शाबाश
ਅੰਦਰ ਕਰ ਲਾ ਯਾਰ ਦੋਨੋਂ ਪਹਿਲਵਾਨ ਚਾਂਦ ਔਰ ਉਦਿੱਤ ਕਹਿ ਰਹੇ ਹੈ ਕਿ ਹਮੇ ਬਰਾਬਰ ਦੇ ਦੋ, ਲੇਕਿਨ ਜੋ ਚੈੱਕ ਕਰਤਾ ਹੈ ਵੋ ਕਹਿ ਰਹੇ ਹੈ ਕਿ ਪੁਆਇੰਟ ਕੇ ਹਿਸਾਬ ਸੇ ਹੋ ਸਕਤਾ ਹੈ, ਬਰਾਬਰ ਨਹੀਂ ਹੋਗੀ। ਕਰੋ ਕਰੋ
ਅਸੀਰ ਸਿੰਘ, ਮਹਿੰਦਰ ਸਿੰਘ, ਕਾਫੀ ਖਤਰਨਾਕ ਮੁਕਾਬਲਾ ਜੋ ਹੈ ਉਹ ਦੋਨੋਂ ਵਿੱਚ ਵੀ ਚੱਲ ਰਿਹਾ ਹੈ, ਚਾਂਦ ਔਰ ਯੁੱਧਵੀਰ ਦੇ ਵਿੱਚ ਪਹਿਲਵਾਨ ਹੈ, ਕਈ ਪਹਿਲਵਾਨ ਜੋ ਹੈ ਉਹ ਚੱਲ ਰਹੇ ਹੈ। ਬਰਾਬਰ ਹੋ ਗਏ, ਬਰਾਬਰ ਬਰਾਬਰ ਹੀ ਕਰ ਦਿਓ ਯਾਰ, ਛੋੜ ਪਰ ਦੋਨੋਂ ਬੜਾ ਜੋਰ ਲਗਾ ਨਹੀਂ ਮਾਨੇ ਹੈ ਜਨਤਾ ਕਹਿ ਰਹੀ ਹੈ, ਚਾਂਦ ਔਰ ਯੁੱਧਵੀਰ ਜੋ ਹੈ ਉਹ ਦੋਨੋਂ ਦੰਗਲ ਕਰੇਂਗੇ ਔਰ ਲੋਕੋਂ ਕੋ ਜੋ ਹੈ ਉਹ ਐਂਟਰਟੇਨਮੈਂਟ ਕਰੇਂਗੇ ਆਪਣਾ ਦੰਗਲ। ਚਲੋ ਜੀ, ਪੁਆਇੰਟ ਮੇ ਥਾ ਔਰ ਪੁਆਇੰਟ ਮੇ ਚਾਂਦ ਜੋ ਹੈ ਉਹ ਵਿਜੇਤਾ ਰਹਾ ਹੈ। ਹਮਾਰੇ ਸਾਥ ਹਮਾਰੇ ਬੀਜੇ ਪ੍ਰਾਸ਼ੀ ਜੀ ਜੁੜੇ ਹੋਏ ਹੈ, ਤੋ ਇਕੁਅਲ ਕਰਦੇ ਬਾਈ ਜੀ, ਬਿਲਕੁਲ ਪੁਆਇੰਟ ਪੇ ਕੁਸ਼ਤੀ ਥੀ ਔਰ ਚਾਂਦ ਹਰਿਆਣਾ ਜੋ ਹੈ ਉਹ ਉਸ ਤੋਂ ਜੀਤ ਮਿਲੀ ਹੈ। ਥੋੜ੍ਹਾ ਇੰਜਰਡ ਵੀ ਹੋਇਆ ਹੈ, ਉਹਨੇ ਜੋ ਹੈ ਉਹ ਘੁਟਨੇ ਮੇ ਚੋਟ ਲੱਗੀ ਹੈ ਔਰ ਇਹ ਪੁਆਇੰਟ ਪੇ ਕੁਸ਼ਤੀ ਹੋਈ ਥੀ ਔਰ ਚਾਂਦ ਜੋ ਹੈ ਉਹ ਹਰਿਆਣਾ ਕੇ ਇਸਮੇ ਵਿਜੇਤਾ ਰਹੇ ਹੈ।
ਆਜਾ ਭਾਈ ਕੌਣ ਹੈ ਚਲਾ ਜਾਣਾ
ਯਾਰ 7 ਵਜੇ 8 ਵਜੇ ਯਾਰ ਮੇਰੀ ਗੱਲ ਸੁਣੋ ਮੱਟੀ ਲਵਾਣੇ ਦੇ ਯਾਰ ਭਾਈ ਬਾਹਰ ਭਾਈ ਮੇਰੀ ਗੱਲ ਸੁਣੋ ਪੁਲੀ 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 ਆ ਛੋੜ ਯਾਰ ਓ ਸ਼ਿਬੇ ਓ ਯਾਰ ਚਲੋ ਅਬ ਟਾਈਮ ਵੇਸ ਕਰ ਰਹੇ ਹੋ ਸ਼ਿਬੇ ਗਿਆ ਲੋ ਠੀਕ ਆ ਕਰੋ ਕਰੋ ਯਾਰ ਸਿੱਧੇ ਨਾ ਤੇ ਬਲਵੰਤ ਸਾਡੇ ਬੈਠਾ ਵਿੱਚੋਂ ਤੁਹਾਨੂੰ ਬੈਠੇ ਨੋਟ ਸਾਡੇ ਬੈਠੇ ਨੋਟ ਕਰ ਲਵੇ ਪੈਰਾਂ ਪੁਆਇੰਟ ਪੇ ਪੁਆਇੰਟ ਪੇ ਚਲੋ ਜੀ ਇਹ ਪੁਆਇੰਟ ਪੇ ਹੋ ਰਹਾ ਇਹ ਯੁੱਧ ਵੀ ਰਹੇ ਹੈ ਵਿਨਰ ਇਹ ਕੁਸ਼ਤੀ ਜੋ ਹੈ ਉਹ ਪੁਆਇੰਟ ਪੇ ਥੀ ਇਨਮੇ ਸੇ ਜੋ ਹੈ ਉਹ ਯੁੱਧ ਵੀ ਵਿਨਰ ਰਹਾ ਕਿਉਂਕਿ ਇਹ ਕੁਸ਼ਤੀ ਜੋ ਹੈ ਉਹ ਪੁਆਇੰਟ ਪੇ ਹੋਈ ਥੀ ਔਰ ਹਰਿਆਣਾ ਬੈਠ ਕੇ ਸਾਂਸ ਲੈ ਲੈ ਨਹੀਂ ਹੋਈ ਉਸੀ ਇਹ ਤਾਂ ਫਿਰ ਸੇ ਹੋ ਗਈ ਮਿੱਟੀ ਮਿੱਟੀ ਲਗਾ ਲਓ ਪਾਣੀ ਪੀ ਲੈ ਕਿਲੇ ਤੂੰ ਵੀ ਓ ਭਾਈ ਆ ਜਾਓ ਚਾਂ ਸਮੇਂ ਕੇ ਸਾਥ ਸਾਥ ਅੰਧੇਰਾ ਵੀ ਹੋ ਰਿਹਾ ਹੈ ਔਰ ਇਸਕੇ ਬਾਅਦ ਜੋ ਹੈ ਵੋ ਇੱਕ ਬੜੀ ਮਾਲੀ ਜਿਸਕਾ ਹਰ ਕਿਸੀ ਕੋ ਇੰਤਜ਼ਾਰ ਰਹਿਤਾ ਹੈ ਰਿਕਾਰਡਿੰਗ ਕੇ ਮਾਧਿਅਮ ਸੇ ਹਮ ਆਪ ਤੱਕ ਪਹੁੰਚਾਏਂਗੇ ਕਿਉਂਕਿ ਅੰਧੇਰਾ ਹੋਣੇ ਵਾਲਾ ਹੈ ਲਗਭਗ ਹੋ ਚੁੱਕਾ ਹੈ ਅਭੀ ਇਸਮੇ ਕਿਤਨਾ ਟਾਈਮ ਲੱਗੇਗਾ ਔਰ ਸ਼ਾਨਦਾਰ ਤਰੀਕੇ ਸੇ ਦੋਨੋ ਪਹਿਲਵਾਨ ਜੋ ਹੈ ਵੋ ਲੋਗੋ ਕੋ ਐਂਟਰਟੇਨਮੈਂਟ ਕਰ ਰਹੇ ਹੈ ਆਪਣੀ ਕੁਸ਼ਤੀ ਦਿਖਾ ਰਹੇ ਹੈ ਕੱਲ ਪੌਣੀ ਕੇ ਕਾਨਾ ਖੇਤਰ ਮੇ ਜੋ ਹੈ ਵੋ ਦੰਗਲ ਸ਼ੁਰੂ ਕਰਵਾਇਆ ਜਾਏਗਾ ਟਾਈਮ ਬਤਾਇਆ ਜਾ ਰਿਹਾ ਹੈ ਕਿ ਲਗਭਗ 2 ਵਜੇ ਕੇ ਕਰੀਬ ਕਾਨਾ ਮੇ ਦੰਗਲ ਜੋ ਹੈ ਵੋ ਸ਼ੁਰੂ ਹੋਗਾ ਪਹਿਲਵਾਨ ਜੋ ਹੈ ਵੋ ਆਪਸ ਮੇ
भिड़े हैं आपके, जानकारी लिए मैं आपको बता दूं कि कहीं ना कहीं जो पहलवान होते हैं सोचते हैं कि आसानी से हमें जो प्राइज है वो मिल जाए, धनराशि के लिए ज़्यादातर रहते हैं, जो पहले दंगल करवाए जाते थे उस तरह से नहीं हो रहे, जिस तरह से पहलवान जो है वो दिखाते थे कि अपना जोर आजमाइश करते थे उस तरह से नहीं हो रहा। चलिए फिलहाल रिकॉर्डिंग के माध्यम से आप तक पहुंचा दी जाएगी जो भी लाइव कवरेज रहेगी। तो फिलहाल भैया इतना ही, इस अपडेट में इतना ही, देखते रहो रियासी जगह न्यूज़। नमस्कार, जय हिंद, जय भारत।